ਸੋ ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਤੁਹਾਡੇ ਵਾਸਤੇ ਤੁਹਾਡਾ ਵੀ ਨਦੀਮ ਖਰਲ ਹਮੇਸ਼ਾ ਖੂਬਸੂਰਤ ਅਨਮੋਲ ਤੇ ਆਲਾ ਕੁਆਲਿਟੀ ਦੇ ਪਿਓਰ ਨੀਲੀ ਦੇ ਜਾਨਵਰ ਲੈ ਕੇ ਹਾਜ਼ਰ ਹੁੰਦਾ ਹੈ। ਅੱਜ ਵੀ ਮੈਂ ਇੱਕ ਦੋਸਤ ਦੇ ਕੋਲ ਆਇਆ, ਅਲਹਮਦੁਲਿਲਾ, ਤੇ ਉਹਦੇ ਕੋਲ ਮੱਝਾਂ ਖੜੀਆਂ ਨੇ ਤਿੰਨ, ਦੋ ਦੂਜਰਾਂ ਤਿਆਰ ਨੇ ਔਰ ਇੱਕ ਪਹਿਲਣ ਤਿਆਰ ਹੈ। ਇੱਕ ਦਾ ਆਧਾ ਦੇ ਪੰਜ ਪੰਜ ਦਿਨ ਸੱਤ ਸੱਤ ਦਿਨ ਲੈਂਦੀਆਂ ਨੇ। ਇੱਕ ਤੋਂ ਇੱਕ ਵੱਧ ਮੁੰਦਰੀਆਂ ਥੱਬਿਆਂ ਦੇ ਚੱਡਿਆਂ ਵਾਲੀਆਂ ਔਰ ਪੂਰੇ ਵਿਰਾਂ ਦੇ ਜਿਹੜਾ ਥਣ ਚੱਡਾ ਮੇਰੇ ਬਿੱਲੀ ਸੱਜਣਾ ਦੇ ਨੇ, ਉਹ ਗੱਲਾਂ ਨੇ, ਕੋਈ ਕੂੜ ਛੜੱਪ ਨਹੀਂ, ਸਾਰਾ ਕੁਛ ਸਾਹਮਣੇ ਅੱਲਾ ਦੀ ਰਹਿਮਤ ਦੇ ਨਾਲ। ਅਤੇ ਜਨਾਬ ਉਹਨਾਂ ਕਿਹਾ ਚੋਰਾਂ ਦੇ ਦੀਵੇ ਨਹੀਂ ਬਲਦੇ ਅਤੇ ਸਖੀਆਂ ਦੇ ਦੀਵੇ ਹਮੇਸ਼ਾ ਬਲਦੇ ਰਹਿੰਦੇ ਨੇ, ਤਾਂ ਇਨਸ਼ਾਅੱਲਾ ਬਲਦੇ ਹੀ ਰਹਿਣਗੇ। ਅਤੇ ਜਨਾਬ ਤੁਹਾਨੂੰ ਅਸੀਂ ਬਹਿ ਨੰਬਰ ਇੱਕ ਸ਼ੁਰੂ ਕਰਾਂਗੇ ਉਸ ਪਾਸੋਂ, ਫਿਰ ਦੋ 'ਤੇ ਆਵਾਂਗੇ, ਫਿਰ ਤਿੰਨ 'ਤੇ ਆਵਾਂਗੇ, ਅਤੇ ਨਾਲ ਤੁਹਾਨੂੰ ਅਜੇ ਰੇਟ ਵੀ ਕਰਾਂਗੇ। ਲੈਣਾ ਦੇਣਾ ਮੁਕੱਦਰ ਹੈ। ਅਨਮੋਲ, ਖੂਬਸੂਰਤ, ਬਿਹਤਰੀਨ ਪਿਓਰ ਨੀਲੀ ਦੇ ਜਾਨਵਰ ਤੁਹਾਡਾ ਵੀਰ ਨਦੀਮ ਕਰਨ ਹਮੇਸ਼ਾ ਲੈ ਕੇ ਆਉਂਦਾ ਰਹਿੰਦਾ ਔਰ ਇਨਸ਼ਾਅੱਲਾ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੇਗਾ। ਮੈਂ ਨੰਬਰ 1 ਪੂਰੀ ਬਰੀਕ ਹੈ, ਪਹਿਲਣ ਛੋਟੀ ਹੈ, 10 ਤੋਂ 15 ਦਿਨ ਜੇ ਸੂਣ ਨੂੰ ਲੈਂਦੀ ਹੈ, ਬਿਲਕੁਲ ਪੁੱਛਲ ਐਡੀ ਬਰੀਕ ਹੈ ਕਿ ਤੁਸੀਂ ਇਹਨੂੰ ਮਰੋੜ ਕੇ ਜੇ 'ਚ ਪਾ ਸਕਦੇ ਜੇ। ਆਹ ਹੀ ਪਿਓਰ ਨੀਲੀ ਦੀਆਂ ਕੁਆਲਿਟੀਜ਼ ਨੇ ਔਰ ਸਾਡੇ ਤੋਂ ਬਗੈਰ ਨੀਲੀ ਜਾਣਦਾ ਕਿਹੜਾ ਹੈ, ਮੱਲੂ ਮੋੜ ਨਹੀਂ, ਜੰਗ ਨਹੀਂ, ਹਮੇਸ਼ਾ ਕਹਿੰਦਾ ਹੁੰਦਾ। ਪਿਛਲੇ ਪੈਰ ਦੋਵੇਂ ਚਿੱਟੇ, ਥੜਾਂ ਦੀਆਂ ਪੂਰੀਆਂ ਵੰਡਾਂ, ਪਹਿਲਣ ਜੇ 15 ਦਿਨ ਲੈਂਦੀ ਹੈ, ਫੁੱਲ ਬਰੀਕ ਹੈ ਔਰ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕਿ ਬਿਲਕੁਲ ਸਾਰ ਤੱਕ ਇਹਦੇ ਪੁਛਲ ਆਉਂਦੀ, ਉਸ ਤੋਂ ਬਾਅਦ ਪੁਛਲ ਮੂਵ ਹੋ ਜਾਂਦੀ ਹੈ, ਤੁਸੀਂ ਵੇਖਦੇ ਹੋ ਤੋੜਦਾ ਨਹੀਂ ਪਿਆ ਮੈਂ, ਇਹ ਪੁਛਲ ਮੂਵ ਹੋ ਜਾਂਦੀ ਹੈ। ਇਹ ਪਿਓਰ ਬਰੀਕੀਆਂ ਔਰ ਪੂਰੀ ਅਲੱਗ ਕੁਆਲਿਟੀ ਦੀ ਝੋਟੀ, ਪਹਿਲਾ ਸੂਆ, ਨਿੱਕਾ ਨਿੱਕਾ ਸਿਰ, ਬਿੱਲੀਆਂ ਅੱਖਾਂ ਅਤੇ ਜਨਾਬ ਨਸਲ ਜ਼ਾਤ ਤੁਸੀਂ ਆਹ ਵੇਖਣੀ ਹੈ, ਅਸੀਂ ਤੁਹਾਨੂੰ ਕੁਛ ਨਹੀਂ ਵਿਖਾਉਣਾ। ਇਹ ਨਸਰ ਹੈ, ਇੱਕ ਸਾਈਡ ਕਾਲੀ ਹੈ, ਇੱਕ ਥੋੜ੍ਹੀ ਜਿਹੀ ਬਰੜੇ ਵਿੱਚ ਮੱਥੇ ਤੋਂ ਬੱਲੀ, ਨਿੱਕਾ ਨਿੱਕਾ ਸਿਰ, ਕੁਆਲਿਟੀ ਵਾਲੀ ਝੋਟੀ, ਨਸਲ ਜ਼ਾਤ ਵਾਲੀ। ਮੇਰੇ ਕੈਮਰੇ ਦੀ ਨਜ਼ਰ ਹੈ ਔਰ ਮੇਰਾ ਕੈਮਰਾਮੈਨ ਤੁਹਾਨੂੰ ਬਿਹਤਰੀਨ ਤਰੀਕੇ ਨਾਲ ਇੱਕ ਇੱਕ ਚੀਜ਼ ਦਿਖਾ ਰਿਹਾ ਹੈ। ਇਹ ਜਨਾਬ ਬਹੁਤ ਖੂਬਸੂਰਤ ਮੈਂ ਔਰ ਝੋਟੀ ਬਣੇਗੀ ਬੜੀਆ ਵਾਲਾ, ਨਿੱਕਾ ਨਿੱਕਾ ਸਿਰ ਔਰ ਬਹੁਤ ਖੂਬਸੂਰਤ ਇਹ ਪਹਿਲਣ ਝੋਟੀ। 10 ਤੋਂ 12 ਦਿਨ, 15 ਦਿਨ ਜਾਂ 10 ਦਿਨ, 7 ਦਿਨ, 4 ਦਿਨ, ਜਿੰਨਾ ਵੀ ਹੈ ਇਹ ਕੁਛ ਲੈਂਦੀ ਹੈ। ਮੈਂ ਆਪਣੇ ਭਰਾ ਨੂੰ ਸੱਦ ਲੈਣਾ, ਅਸੀਂ ਕਰਾਵਾਂਗੇ ਝੋਟੀ ਦੀ ਤਸੱਲੀ ਅਤੇ ਨਾਲ ਆਪਣੇ ਭਰਾ ਦੇ ਨਾਲ ਕਰਾਂਗੇ ਗੱਲਾਂ। ਇਹ ਪਹਿਲਣ ਹੈਗੀ ਹੈ, ਬੜੀ ਆਲਾ ਕੁਆਲਿਟੀ ਦੀ ਝੋਟੀ, ਪਿਛਲੇ ਪੈਰ ਚਿੱਟੇ ਨੇ, ਪਿਓਰ ਨੀਲੀ ਦੀ ਹੈ, ਇਹਦੇ ਵਿੱਚ ਕੋਈ ਨਵੀਂ ਬਰੀਡ ਨਹੀਂ ਹੈ, ਇੱਕ ਹੱਡੀ ਹੈ ਔਰ ਪੂਰਾ ਨਸਲ ਜ਼ਾਤ ਔਰ ਚੌਕੜਾ ਪੂਰਾ ਤੁਸੀਂ ਵੇਖ ਸਕਦੇ ਹੋ ਮੇਰੇ ਕੈਮਰੇ ਦੀ ਨਜ਼ਰ ਹੈ। ਅਤੇ ਮੈਂ ਆਪਣੇ ਭਰਾ ਨੂੰ ਲੈਣਾ ਸੱਦ, ਉਹਦੇ ਨਾਲ ਕਰਨੇ ਆ ਗੱਲਾਂ, ਇਹਦਾ ਕਰਦੇ ਆ ਰੇਟ ਔਰ ਸਾਰਾ ਕੁਛ ਮੇਰੇ ਕੈਮਰੇ ਦੀ ਨਜ਼ਰ ਹੋਏਗਾ ਔਰ ਇਨਸ਼ਾਅੱਲਾ ਤੁਹਾਨੂੰ ਪਸੰਦ ਆਏਗਾ। ਅਤੇ ਅਸਲਾਮ ਵਾਲੇਕੁਮ, ਇਹ ਇੱਥੇ ਮੇਰੇ ਕੋਲ ਖਲੋ, ਡਰਨਾ ਨਹੀਂ ਗਾ ਆਪਾਂ, ਆਪਾਂ ਕੋਈ ਆਪਾਂ ਰੋਟੀ ਨਹੀਂ ਦਿੰਦਾ ਕਿ ਆਪਾਂ ਕਿਸੇ ਡਰ ਕੇ ਕੈਮਰੇ ਚਾਹਾਂ, ਗੋਲੀ ਗਾਲੀ ਆਵੇਗੀ ਤਾਂ ਮੈਂ ਅੱਗੋ ਹੋ ਜਾਵਾਂਗਾ, ਟੈਨਸ਼ਨ ਨਹੀਂ ਲੈਣੀ। ਅਸਲਾਮ ਵਾਲੇਕੁਮ, ਬਜਨ ਕੀ ਨਾਮ ਹੈ? ਫਖਰ ਹੁਸੈਨ। ਫਖਰ ਹੁਸੈਨ ਬਈ, ਫਖਰ, ਤਬੀਅਤ ਦਾ ਕੀ ਹਾਲ ਹੈ? ਸ਼ੁਕਰ ਅੱਲਾ, ਥੋੜਾ ਉੱਚਾ ਬੋਲੋ। ਸ਼ੁਕਰ ਅੱਲਾ ਪਾਕ, ਸਾਰੀ ਖੈਰ? ਮੇਰੇ ਠੀਕ ਹੋ। ਇਹ ਝੋਟੀ ਵਿਖਾਈਏ, ਇਹਦੀ ਨਸਲ ਜ਼ਾਤ ਤੁਸੀਂ ਆਪ ਦੱਸਣੀ। ਇਹ ਨੀਲੀ ਹੈ, ਇਹ ਮੱਲੂ ਮੋੜੋ ਲੈਂਦੀ ਹੈ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਜੰਗ 'ਚ ਲੈਂਦੀ ਹੈ, ਇਹ ਗੁਜਰਾਤੋਂ ਪਾ ਕੇ ਇੱਥੇ ਲੈ ਕੇ ਵੇਚ, ਨੀਲੀ ਬਣਾ ਕੇ ਵੇਚਦੇ ਜੇ। ਇਹ ਸਾਰਾ ਕੁਛ ਜਿਹੜਾ ਨਾ ਇਹ ਝੋਟੀ ਦੇ ਆਹ ਤੋਂ ਆਹ ਵੇਖਿਓ, ਤੇਰੇ ਕੋਲ ਮੇਰੇ ਕੋਲ ਆ ਜਾ, ਇਹ ਸਾਰਾ ਕੁਛ ਤੂੰ ਦੱਸਣਾ, ਨੀਲੀ ਹੈ ਜਾਂ ਨਹੀਂ ਹੈ, ਜਿਹੜਾ ਵੀ ਸਾਬਤਾ ਦੱਸ, ਕਿੰਨੇ ਦਿਨ ਲੈਂਦੀ? ਨਦੀਮ ਭਾਈ, ਤੁਸੀਂ ਇਸ ਤਰ੍ਹਾਂ ਕਰਿਆ ਜੇ ਕਿ ਇਹਦਾ ਬਲੱਡ ਚੈੱਕ ਕਰਾਓ। ਅੱਛਾ ਜੀ, ਠੀਕ ਹੈ, ਲੈਬਾਰਟਰੀ ਲੈ ਜਾਓ, ਲੈਬਾਰਟਰੀ ਲੈ ਜੀ। ਅਗਰ ਨੀਲੀ ਦੀ ਨਾ ਹੋਵੇ ਸਹੀ, ਝੋਟੀ ਫਰੀ ਦੇ ਦਿਓ, ਝੋਟੀ ਫਰੀ ਦੇ। ਐਡੀ ਵੱਡੀ ਗਰੰਟੀ ਹੈ ਔਰ ਆਪਾਂ ਇਲਾਕੇ ਨੀਲੀ ਦਾ? ਹਾਂਜੀ, ਇਹ ਪਿਓਰ ਨੀਲੀ ਹੈ, ਪੋਤਾ ਪਿੰਡ ਹੈ, ਹਾਂਜੀ, ਬੜਾ ਮਸ਼ਹੂਰ ਪਿੰਡ, ਬੜਾ ਮਸ਼ਹੂਰ ਪਿੰਡ, ਜਿਹਨੂੰ ਕਿ ਅੰਗਰੇਜ਼ ਨੇ 416 ਇਨਾਮ ਦੇ ਨੰਬਰ ਦਿੱਤਾ, 416 ਨੰਬਰ ਦਿੱਤਾ ਸੀ ਅੰਗਰੇਜ਼ ਨੇ ਇਸ ਹੋਤਾ ਪਿੰਡ ਨੂੰ, ਇਹ ਮੱਝਾਂ ਦੀ ਵਜ੍ਹਾ ਤੋਂ, ਹਾਂਜੀ, ਮੱਝਾਂ ਦੇ 416 ਜਿਹੜਾ ਹੈ ਅੰਗਰੇਜ਼ ਨੇ ਨਾਮ ਦਿੱਤਾ ਸੀ ਔਰ ਇਹ ਪਿਓਰ ਨੀਲੀ ਦੀਆਂ ਬਰੀਡਰ ਨੇ, ਇੱਥੋਂ ਹੋਰ ਕੋਈ ਸ਼ਾਇਦ ਨਹੀਂ ਲੱਭਦੀ, ਐਵੇਂ ਗੱਲਾਂ ਜਿਹੜੀਆਂ ਮਰਜ਼ੀ ਕਰੀ ਜਾਓ ਅਤੇ ਬਿਹਤਰੀਨ। ਅੱਛਾ, ਇਹ ਕਿੰਨੇ ਸੂਏ ਹੈ? ਇਹ ਪਹਿਲਣ, ਇਹ ਪਹਿਲਣ ਕਿੰਨੇ ਦਿਨ ਸੂਣ 'ਚ ਲੈਂਦੀ ਹੈ? ਤਕਰੀਬਨ 12 ਤੋਂ 15 ਦਿਨ, ਵੱਖ ਵੱਖ ਕੰਮ ਨਹੀਂ ਹੋ ਜਾਏਗੀ ਇਨਸ਼ਾਅੱਲਾ, ਇਨਸ਼ਾਅੱਲਾ। ਅੱਛਾ, ਕੋਈ ਵਾਧਾ ਘਟ ਰਿਹਾ ਕਿਸੇ ਕਿਸਮ ਦਾ? ਮੈਂ ਇਹਨੂੰ ਵੇਖ ਕੇ ਨਾ ਦੱਸੋ, ਕੈਮਰੇ 'ਚ ਵੇਖ ਕੇ ਦੱਸੋ। ਅੱਛਾ, ਹਾਂ, ਮੈਂ ਤੁਸੀਂ ਵੇਖਿਓ ਜੀ, ਮੁਹੱਬਤ ਪਿਆਰ ਵਾਲਾ ਮੁੱਲ ਕਰੋ, ਇਹਦੇ 'ਚ ਕੋਈ ਵਾਧਾ ਘਟ ਨਹੀਂ ਹੋਣਾ ਇਨਸ਼ਾਅੱਲਾ। ਤੇ ਤੁਸੀਂ ਯਾਦ ਕਰਸੋ, ਜਿਹੜਾ ਵੀ ਲੈ ਗਿਆ ਦੋਸਤ ਇਨਸ਼ਾਅੱਲਾ ਯਾਦ ਕਰਸੀ, ਕਿਉਂਕਿ ਉਹ ਨੀਲੀ ਵੀ ਲੈ ਆਉਂਦੀ। ਸਹੀ, ਅੱਛਾ, ਮੁਹੱਬਤ ਪਿਆਰ ਵਾਲਾ ਮੁੱਲ ਕਰੋ, ਮੁੱਲ 1,90,000। 1,90,000 ਇਹ 'ਚ ਥੋੜ੍ਹਾ ਬਹੁਤ ਮੁਹੱਬਤ ਪਿਆਰ ਅਸੀਂ ਕਰਾਉਂਦੇ ਹੁੰਦੇ ਹਮੇਸ਼ਾ, ਅਗਰ ਤੁਸੀਂ ਰੇਟ ਮਾਕੂਲ ਕਰੋਗੇ ਤਾਂ ਸਾਨੂੰ ਪਤਾ ਹੈ ਕਿ ਮੁਹੱਬਤ ਪਿਆਰ ਥੋੜ੍ਹਾ ਹੋਏ, ਅਗਰ ਰੇਟ ਕਰੋਗੇ ਜ਼ਿਆਦਾ ਤਾਂ ਫਿਰ ਅਸੀਂ ਉੱਥੇ ਰੋਕ ਦਿਆਂਗੇ ਕਿ ਨਹੀਂ ਇਹ ਗੱਲ ਗਲਤ ਕਰ ਰਹੇ ਹੋ ਤੁਸੀਂ, ਤਾਂ ਠੀਕ ਮੁੱਲ ਕਰੋ। ਇਹ ਮੁਹੱਬਤ ਪਿਆਰ ਵਾਲਾ ਮੁੱਲ ਹੈ, ਕਿਤੇ 'ਚ ਮੁਹੱਬਤ ਪਿਆਰ ਕਰਨੀ ਹੈ ਨਹੀਂ ਕਰਨੀ, ਦੱਸੋ। ਸ਼ਕਲ ਵੇਖ ਕੇ ਕਹਿੰਦਾ ਮੁੱਲ ਥੋੜ੍ਹਾ ਕਰਦਾ, ਅੱਜ ਇਹ ਬੰਦੇ ਨੇ ਤਾਂ ਉਸਨੂੰ ਪੰਪ ਕਰ ਦਿੱਤਾ। ਚਲੋ ਮਰਜ਼ੀ ਹੈ, 1,90,000 ਇਹਦਾ ਮੁੱਲ, ਮੁਹੱਬਤ ਪਿਆਰ ਅਸੀਂ ਕਰਾਉਂਦੇ ਹੁੰਦੇ ਹੋ ਜਾ ਸੀ। ਅੱਛਾ ਜੀ, ਮੈਂ ਨੰਬਰ 2 ਲੈ ਕੇ ਅਸੀਂ ਆਉਂਦੇ ਹਾਂ ਤੁਹਾਡੇ ਵਾਸਤੇ, ਤੁਹਾਡੀ ਬੇਹੱਦ ਬੜੀ ਖੂਬਸੂਰਤ ਹੈ ਔਰ ਪਿਓਰ ਨੀਲੀ ਦੀ ਬਰੀਡ ਹੈ ਔਰ ਥੱਬਿਆਂ ਦੇ ਛੱਡੇ ਅਤੇ ਜਨਾਬ ਪੂਰਾ ਵਿਰਲਾ ਅਤੇ ਮੁੱਠ ਮੁੱਠ ਦਾ ਥਣ ਲੱਗਿਆ ਹੋਇਆ ਇਸ ਝੋਟੀ ਨੂੰ ਔਰ ਮੇਰੀ ਕੈਮਰੇ ਦੀ ਨਜ਼ਰ ਹੈ, ਕੋਈ ਹਮਸਾ ਹੋ ਤੋਂ ਸਾਹਮਣੇ ਆਏ, ਬਾਤੋਂ
یہ تھوڑے واسطے مجھ لے کے جی اسی آئے ہیں، یہ دوجا سو ہے، یہ نشان لگیا ہوا ہے، پانچ نمبر نشان ہے یہ پٹ کے اتنے، تھی ویختے پیو تھبے آدھے چڈے نے اس مہن، مہن تھوڑا توڑ کے بخاؤ فخر بھائی، یہ دوجے سوے کی حمل، یہ میں سنگھ بالکل کھنڈا ہے اور تھبیاں دے چڈے لاجواب مجھے، یہ نینی دی پیور ہے اور نسل ذات تھی آپ ویک لینی ہے، تروں اگ تے میں کول بڑا حیوان ہے اور یہ میں نمبر دو ہے، میری کیمرے دی نظر، میرا کیمرہ مین تمہیں تسلی دینے والے ایک چیز دکھا رہے ہیں، مجھاں لینی ہے تھوڑے بعد چک چک کے لینا دینا مقدر ہے، نصیب دی گل ہے اور تسی انشاءاللہ راضی ہو جاؤ گے میرے تو کہ یار بھائی ندیم تسی مجھاں کتوں کڈ کے لیا دے ہو، اور پیور نیلی ہوندی ہے، اندر کوئی رلیا نہیں، کوئی کچھ نہیں، اور یہ سارا کچھ میری کیمرے کی نظر ہے، بلیاں کھانے کھنڈے سنگھ نے، اور دوسرا سوا ہے اس میں سار دا ڈوڈا چکی کھڑی ہے، اور جناب پوریا ونڈا اور بہترین کوالٹی دیے مجھ پیور نیلی دیے، میرا کیمرہ مین تو تسلی نال ایک ایک چیز دکھا رہا ہے اور تسی انشاءاللہ پسند کرو گے، تھبیاں دے چڈے انمول جانور پیور نیلی دے، اکھاں بلیاں اور کھنڈے سنگھ، متھے تو بلی ہلکی جی پھلی ہے، متھے دے وچ سفید چٹی اکھ ہے، یہی نیلی دی بریڈ ہے، اور تسی انشاءاللہ یاد کرو گے کہ ندیم کھرل ہی مجھاں الحمدللہ جے لے کے آندا ہے، بالکل بھی نہیں گجرات دیا، پیور نیلی، اور جناب اگر نیلی دا برانڈ نہ ہوئے تو بھائی فخر دا ہے کہنا ہے، انج بلڈ ٹیسٹ کروا لو، اگر نیلی دی بریڈ انہیں نہ ہوئے تو گلا ہون گیاں ساری کومنٹ سیکشن دے وچ، بھائی فخر نال یہ ڈیلنگ ہو گیا اور سارا کچھ، یہ دوجا سوا ہے، تیجا ہے، یہ بھائی فخر نو پوچھنا ہے، میں دی نسل ذات تسی آپ ویکھ لینی، دنی کولی کوئی نہیں، تھبیاں دے چڈے 20 لیٹر دیے میں حاملہ اور حامل ہے کہ جی دھد کرے گی 20 لیٹر انشاءاللہ پکا پکا، پچھلا آپ فخر پوچھ لینا کی ریکارڈ نے، اللہ دی رحمت نال کوئی مائی دا لال ہے مجھ لے کے ساڈے ورگی آوے، بڑے ہے نے محبتاں لے جی، ساڈے سارے موسن نے، ایک ہر بندہ اپنی نسل دے حساب نال، اپنی کم دے حساب نال، اپنی جسامت دے حساب نال کم کردا ہے، اللہ دی رحمت ہے، اللہ پاک نے جناب اے جے اچھے اور بہترین جانوراں دا جڑا ہے کام ہے وہ ساڈے ذمے لایا ہویا ہے، انشاءاللہ تہاڈے واسطے لے کے آندے ہونے ہیں اور اسی ہمیشہ آندے رہاں گے، اسی جناب بھائی فخر نو پوچھ لینے اس میں دا حساب کتاب، اس میں دا کی حساب کتاب ہے تے کی رول ہے، تے جی فخر بھائی السلام علیکم، فخر بھائی اے میں جڑی وکھائی ہے، میں نمبر دو، اے کنے سوے ہے؟ دوسرا سوا ہن سونی ہے، کنے دن لیندی ہے؟ تقریباً 4-5 دن لے جسی، تے اچھا ویرے ان کو دودھ دا کو ریکارڈ پچھلے دا کو پتہ؟ ہاں جی بالکل ہے، کنا؟ محبت پیار والا مول کرو خیر چوٹی کا، 2,30,000 روپیہ میں لے لاں گا، کھڑا پی لاں گا، 3,30,000 روپیہ اس میں مول مطلب کر دیو، یہ محبت پیار بھی ہوئے گا، 3,30,000 روپیہ مل ہے، محبت پیار ہوئے گا، تھوڑا بہت زیادہ نہیں، تے میں بہت چنگی ہے، اے بھی نیلی دی ہے کہ دے جو گل بات ہے، کیمرہ اتلاو دے نمبر تے، اے 5 نمبر لگیا ہے، ایک کٹی ہوندی نوں لگا ہے نمبر، اچھا اے پیور ہوتے دی نشانی، اے بھی پیور ہوتے دی نشانی، اے مطلب جڑے قبیلے والے لوگ نے وڈیاں مہیں جنہاں چنگیاں رکھی ہوئی نے اوہی نمبر لاندے نے، عام بندہ ماج نوں نمبر نہیں لاندا، جے کسے چنگے جھوٹ نے جڑے چنگے جھوٹے دی کٹی ہوئے انہوں نمبر لوگ لاندے ورنہ نہیں لاندے، کہ انہیں نسل زیادہ پتہ لگتا رہے، اچھا علاقے دی پہچان ہے، ایک علاقے دی پہچان، 3,30,000 روپیہ مول ہے، محبت پیار ہو جائے گا انشاءاللہ، اس بعد جناب میں نمبر 3، اے جناب میں اکھ بلی ہے، پشم ماشاءاللہ متھے تے چنگی تکڑی لگی ہوئی ہے، اے ایڈی ڈی موٹی اکھ ہے پوری من من دی، اور نسل ذات تسی آپ ویکھ لینی ہے، میں تو نہیں وکھانی، میں تھوڑی ڈری کھڑی ہے، دوجا سو ہے اس میں نو قد بہت چنگا ہے، نسل ذات چنگی سوں، اور جناب پورا مٹھ مٹھ دا سونا کھانے، اور جناب ابھی 15-20 دن سون نو لیندی ہے، لینا دینا مقدر ہے، اچھے خوبصورت انمول اور پیور نیلی دے جانور ویکھن واسطے اپنا دیس پنجاب ٹی وی نو چینل نو سبسکرائب کرو، بیل آئیکن دباؤ کہ روزانہ دی لیٹسٹ ویڈیو تہانوں ملدی رہے، اپنا دیس پنجاب ٹی وی الحمدللہ اللہ دی بڑے کرم نوازی دے نال تہاڈے واسطے پیور نیلی دے جانور لے کے آندا ہے، کہ کسے قسم دی کوئی کمی نہ رہ جاوے، اے میں گٹ گٹ پشم ہے اور کھنڈے سنگھ نے، اور اے 10-12 دن سون نو لیندی ہے، چنگے قد بوتا لیے جھوٹی، میرے کیمرے دی نظر ہے اور میرا کیمرہ مین تہانوں تسلی دے نال سارا کچھ دکھا رہا ہے، لینا دینا مقدر، اچھی کم اور بہترین جناب کوالٹی دے جانور اپنا دیس پنجاب ٹی وی دے تہاڈا وی ندیم کھرل لے کے آندا ہے، اسی بھائی فخر نو پوچھ لینے ہیں کہ بھائی فخر ان دا کی حساب کتاب ہے اور کنے دن سون نو لیندی ہے اور سوا کنواں ہے، یہ سارا کچھ اپا بھائی فخر نو پوچھنا ہے، تو جی بھائی فخر جی میں نمبر 3 وکھائی، دوسرا سوا سنی
دوسرا کیمرے چھو ہاں جی دوسرا سوا سونی ہے دوسرا سوا سونی کنے دن لیندی ہے تقریباً کوئی 15-20 دن پندرہ پندرہ دن لے جائے گی ہاں جی اچھا سونے بھی دودھ کتنا کر جائے گی دسنا جنہ کا بچا کر لیے کوڑ نہ بجے اپنے کو ان شاء اللہ 16 لیٹر کرے گی 16 لیٹر 14 لیٹر بھی کرے تو بڑا ہے نہیں 16 کرے گی جی میری نسل ہے اگاں جا کے تو یہ لے جانا فیصل آباد یا گجرات والے پاس کھارے پانی پلاڑن تے پھر انہاں کو اوتھے کنا کرے گی اوتھے تے خوراک بہت زیادہ دیندے نے تے اوتھے تے میری ماں 20 کلو دی لگ جے اے والی اچھا اوتھے پانی وی تے کھارا ہے اپنے پانی دا بڑا فرق ہے نہیں جنہ بھی ہے خوراک 14 کلو اج تے اچھا 6 نہیں کھا لیے نے سکے اوتھے خوراک اچھی ہے دودھ وی زیادہ کرن گے اے تے محبت پیار نال مول کرو فخر بھائی مول 2.5 لاکھ 2.5 لاکھ روپے انہاں کوئی زیادہ مول نہیں کیتا تھوڑا جہا ٹالو یار بڑے مول گھنا کر لیں 2,40,000 روپیہ یہ محبت پیار کرانا ہے میں ہمیشہ میری عادت ہے کہ جنہیں مرضی مول گھٹا لے محبت پیار ہوتا ہی ہوتا ہے ہور کراس ہور کرا محبت پیار ہو سی 2,40,000 اس جوٹی کا مول ہے محبت پیار ہو جائے دودھ 14 تو 16 لیٹر انشاءاللہ بھائی فخر دا کہنا یہ کرے گی دوجے سوے کی یہ جوٹی ہے اور 15 تو 12 تو 15 دن لینی ہے تے جناب میں بھائی فخر اے بڑے دوستوں کے اشتیاق ہوتا ہے کہ نمبر آتا کوئی حساب کتاب ہے تھی آتا نمبر بول دے کہ تھوڑے دل رابطہ کر لیں پہلی حالت تو انشاءاللہ مینوں امید ہے کہ تمہیں میری ویڈیو بے حد پسند آئے گی اپنا بہت سارا خیال رکھنا ہے ویڈیو لائک شیئر تے کومنٹ ضرور کرنا ہے تو جناب بھراؤں دیو اجازت ملیں گے ایک نئی ویڈیو نال اور اچھے جانوراں نال اللہ نگہبان